स्वागत है किसान वीरो सिदक डेयरी फार्मिंग दे विच। किसान वीरो अज तुहानू एक छोटी जी वीडियो दिखाउणे आ धनौला मेला जिहड़ा चल रहा अज 4 तरीक नूं इह समाप्त हो जाणा। रिजल्ट जिहड़े उह लगभग आ गए ते इस रिंग दे विच इस पोर्शन दे विच जिहड़े वधे होए तुहानू पशु दिखाउणे आ मिलाऊंगा बाई होरां नाल वी जिन्हां दे विच तुसीं सामणे बुल देख रहे हो गुलाबी रंग दा इहदे जिहड़ा फुल वज्जा इहदू बाद च इक झोटी दिसदी आ जिहदे नीले रंग दा फुल है ਇੱਕ ਹੋਰ ਝੋਟੀ ਇਹਦੇ ਵੀ ਨੀਲਾ ਫੁੱਲ ਮੱਥੇ ਤੇ ਵੱਜਣਾ ਤੋ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਮਿਲਦੇ ਆ ਬਾਈ ਜੀ ਹੋਰਾਂ ਨਾਲ ਕਰਦੇ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਨਾਮ ਆਪਣਾ ਦੱਸੋ ਬਲਰਾਜ ਸਿੰਘ ਜੀ ਠੀਕ ਹੈ ਬਾਈ ਪਿੰਡ ਆਪਣਾ ਕਿਹੜਾ ਕਾਲੀਏ ਵਾਲਾ ਜੀ ਠੀਕ ਹੈ ਕਾਲੀਏ ਵਾਲੇ ਤੋਂ ਆਪਾਂ ਇੱਥੇ ਪਹੁੰਚੇ ਆ ਠੀਕ ਹੈ ਆ ਦੋ ਨਾਗਤਾ ਮੇਰੇ ਖਿਆਲ ਚ ਆਪਣੇ ਘਰ ਦੇ ਹੀ ਆ ਜਿਹੜੇ ਹਾਂਜੀ ਇੱਥੇ ਖੜੇ ਆ ਹਨਾ ਸਾਰੇ ਕਰਦੇ ਆ ਜੀ ਠੀਕ ਹੈ ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜਾ ਬੁੱਲ ਹੈ ਹਾਂਜੀ ਕੀ ਨਾਮ ਆ ਬਾਈ ਇਹਦਾ ਪ੍ਰਿੰਸ ਜੀ ਕਿੰਨਵਾਂ ਨੰਬਰ ਹੈ ਕੀ ਹਾਸਲ ਕਰ ਰਹੇ ਕੀ ਇਹਦਾ ਪੰਜਵਾਂ ਨੰਬਰ ਹੈ ਪੰਜਵਾਂ ਨੰਬਰ ਹੈ ਹਾਂਜੀ ਠੀਕ ਹੈ ਕਿਹੜੇ ਬੁੱਲ ਦਾ ਬੱਚਾ ਹੈ ਤੇ ਹਰੀਕਾਲ ਡਾਇਮੰਡ ਦਾ ਜੀ ਹਰੀਕਾਲ ਡਾਇਮੰਡ ਦਾ ਸੀਮਨ ਸਟਰਾ ਤਿਆਰ ਹੈ ਹਾਂਜੀ ਤਿਆਰ ਹੈ ਠੀਕ ਹੈ ਸੋ ਦੱਸੋ ਤੁਸੀਂ ਇਹਦਾ ਨਾਮ ਜਿਹੜਾ ਬਾਈ ਨੇ ਰੱਖਿਆ ਉਹ ਪ੍ਰਿੰਸ ਹੈ ਬਿਊਟੀ ਇਹਦੀ ਦੇਖ ਸਕਦੇ ਹੋ ਬਾਡੀ ਬੰਤਰ ਬਹੁਤ ਸੋਹਣੀ ਹੈ ਤੋਰ ਦਈਏ ਬਾਈ ਥੋੜਾ ਜਿਹਾ ਪਰਲੇ ਪਾਸੇ ਨੂੰ ਮੈਂ ਤੋਰ ਦੂੰਗਾ ਉਹ ਇੱਕ ਵਾਰ ਖੋਲ ਕੇ ਤੁਹਾਨੂੰ ਤੋਰ ਕੇ ਵੀ ਦਿਖਾ ਦਿੰਦੇ ਆ ਬਹੁਤ ਸਾਰੇ ਵੀਰ ਇੱਥੇ ਇਹਨਾਂ ਪਸ਼ੂਆਂ ਨੂੰ ਦੇਖ ਰਹੇ ਆ ਮੇਲੇ ਦੇ ਵਿੱਚ ਉਤਸ਼ਾਹ ਦੇਖ ਸਕਦੇ ਹੋ ਤੁਸੀਂ ਜਿਹੜੇ ਵੀਰ ਇਸ ਟਾਈਮ ਇਸ ਰਿੰਗ ਦੇ ਦਾਲੇ ਹੈਗੇ ਆ ਉਹ ਸ਼ੌਂਕ ਹੈ ਪਸ਼ੂ ਪਾਲਣ ਦਾ ਤਾਂ ਹੀ ਇਹਨਾਂ ਪਸ਼ੂਆਂ ਨੂੰ ਵੀ ਵੀਰ ਦੇਖਦੇ ਆ ਸੋ ਇਹ ਪ੍ਰਿੰਸ ਬੋਲ ਆ ਦੋਸਤੋ ਇਸ ਵਾਰ 5ਵੇਂ ਨੰਬਰ ਤੇ 5ਵੀਂ ਪੋਜੀਸ਼ਨ ਇਹਨੇ ਹਾਸਲ ਕੀਤੀ ਹੈ ਬਰੀਡ ਵਾਈਜ਼ ਬਹੁਤ ਸੋਹਣਾ ਬਿਊਟੀ ਇਹਦੀ ਦੇਖ ਸਕਦੇ ਹੋ ਲਿਆ ਵੀਰੇ ਵਾਪਸ ਉਹ ਇਹ ਪ੍ਰਿੰਸ ਬੋਲ ਸੀਗਾ ਮੈਂ ਬਾਲੀ ਵੱਡੀ ਵੀਡੀਓ ਨਹੀਂ ਬਣਾਉਣੀ ਇਦੋਂ ਬਾਅਦ ਚ ਇੱਕ ਝੋਟੀ ਹੋਰ ਬਾਈ ਕੋਲ ਜਿਹੜੀ ਬਲਰਾਜ ਬਾਈ ਜਿਹੜੀ ਝੋਟੀ ਹੈ ਇਹ ਕਿਹੜੀ ਕੈਟਾਗਰੀ ਦੇ ਵਿੱਚ ਪਈ ਇਹ ਘਰੇ ਜਿਹੜੀ ਡਾਇਮੰਡ ਦੀ ਜਿਹੜੀ ਦੂਜੀ ਮਾਂ ਉਹਦੀ ਕੱਟੀ ਹੋਈ ਕਰ ਦਿੱਤੀ ਨੇ ਸੁਣੀ ਚਨੀ ਹੁਣ ਇਹ ਡਰਾਈ ਕੈਟਾਗਰੀ ਦੇ ਡਰਾਈ ਦੇ ਵਿੱਚ ਦੂਜਾ ਸਥਾਨ ਹਾਸਲ ਡਰਾਈ ਬਿਊਟੀ ਦੇ ਵਿੱਚ ਉਹ ਦੂਜਾ ਸਥਾਨ ਇਹਨੇ ਹਾਂਜੀ ਠੀਕ ਹੈ ਇਹ ਕਿਹੜੇ ਬੁੱਲ ਦੀ ਹੈ ਇਹ ਜੀ ਹੈਗੇ ਨਾਭੇ ਸਟਰਾ ਦੀ ਅੱਛਾ ਨਾਭੇ ਵਾਲੇ ਬੁੱਲ ਦੀ ਹੈ ਹਾਂਜੀ ਠੀਕ ਹੈ ਸੋ ਦੋਸਤੋ ਇਹ ਡਰਾਈ ਬਿਊਟੀ ਦੇ ਵਿੱਚ ਇਹਦਾ ਦੂਜਾ ਸਥਾਨ ਹੈ ਬਲਰਾਜ ਬਾਈ ਕੋਲ ਸੀ ਸੋ ਤੁਸੀਂ ਤੋਰਦੇ ਬਈ ਵੀ ਜੇ ਝੋਟੀ ਤੁਹਾਨੂੰ ਦਿਖਾ ਦਿੰਦਾ ਦੂਜਾ ਨੰਬਰ ਇਸ ਝੋਟੀ ਨੇ ਹਾਸਲ ਕੀਤਾ ਡਰਾਈ ਮੱਝਾਂ ਦੇ ਵਿੱਚ ਜਿਹੜਾ ਬਿਊਟੀ ਕੰਪੀਟੀਸ਼ਨ ਹੋਇਆ ਨਸਲ ਮੁਕਾਬਲਾ ਹੋਇਆ ਬਲਰਾਜ ਬਾਈ ਕੋਲ ਸੀਗੀ ਘਰ ਦੀ ਝੋਟੀ ਹੈ ਇਹਨਾਂ ਦੀ ਬਹੁਤ ਸੋਹਣੀ ਤੁਸੀਂ ਰਿੰਗ ਦੇ ਵਿੱਚ ਵੀ ਦੇਖੀ ਹੈ ਲਾਈਵ ਮੈਂ ਕਰਦਾ ਰਿਹਾ ਸੋ ਇਹ ਤੁਸੀਂ ਦੇਖ ਰਹੇ ਹੋ ਦੂਜੀ ਝੋਟੀ ਇਹ ਤੋਂ ਬਿਨਾਂ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣਾ ਜਦੋਂ ਮੈਂ ਇਹ ਵਿਕਰੀ ਵਾਲੀ ਮੱਝ ਸੀਗੀ ਉਦੋਂ ਮੈਂ ਇਹਦੀ ਵੀਡੀਓ ਬਣਾਈ ਉਸ ਵੀਡੀਓ 'ਚ ਜ਼ਿਕਰ ਕੀਤਾ ਸੀ ਵੀ ਇਹ ਕਿੰਨਾ ਦੁੱਧ ਤਲਾ ਕੇ ਦੂਜੇ ਵੀਰ ਨੇ ਖਰੀਦੀ ਜਿਹੜੇ ਨੇ ਉਦੋਂ ਸੇਲ ਕੀਤੀ ਹੈ ਉਹ ਜਿੱਥੋਂ ਤੁਰੀ ਸੀ ਉਸ ਵੀਰ ਨਾਲ ਮਿਲਾਉਣੇ ਆ ਬਲਰਾਜ ਬਾਈ ਇਹ ਝੋਟੀ ਮੇਰੇ ਖਿਆਲ 'ਚ ਆਪਣੇ ਕੋਲੋਂ ਚੱਲੀ ਸੀ ਹਾਂਜੀ ਹਾਂਜੀ ਭਾਈ ਜੀ ਆਪਣੇ ਕੋਲੋਂ ਉਦੋਂ ਕਿੰਨਾ ਦੁੱਧ ਦਿੱਤਾ ਸੀ ਆਪਣੇ ਘਰੇ ਜੀ ਉਦੋਂ 7 ਦਿਨ ਦੀ ਸੂਈ ਥਲੇ 18 ਕਿਲੋ ਦੁੱਧ ਇਹਨਾਂ ਨੇ ਜੋਖ ਕੇ ਲਿਆ ਸੀ ਠੀਕ ਹੈ ਜੋਖ ਕੇ ਆਪਾਂ ਦੁੱਧ ਅੱਗੇ ਸੇਲ ਕਰਤੀ ਸੀ 18 ਕਿਲੋ ਕੰਡੇ ਨਾਲ ਜੋਖ ਕੇ ਲਿਆ ਠੀਕ ਹੈ ਤੇ ਇਸ ਵਾਰੇ ਪਹੁੰਚ ਗਈ ਹੈ ਮੇਰੇ ਖਿਆਲ 'ਚ ਪੰਜਾਬੇ ਪਿੰਡ ਦੇ ਵਿੱਚ ਨਾ ਹਾਂਜੀ ਉਹ ਬਾਈ ਜੀ ਬੈਠਾ ਹੋਇਆ ਬਾਈ ਨਾਲ ਮਿਲਾ ਦਿੰਦੇ ਆ ਦੋਸਤੋ ਤੁਹਾਨੂੰ ਬਾਈ ਨੇ ਖਰੀਦੀ ਹੈ ਬੇਸਿਕਾ ਸਾਰਾ ਸਤਿ ਸ੍ਰੀ ਅਕਾਲ ਦੀਪ ਬਾਈ ਪਹਿਲਾਂ ਤਾਂ ਨਹੀਂ ਪਤਾ ਸੀ ਵੀ ਬਾਈ ਬਲਰਾਜ ਕੋਲੋਂ ਦੁੱਧ ਤੁਲ ਕੇ ਆਈ ਸੀ ਪਿਛਲੇ ਸੂਏ ਦੇ ਵਿੱਚ ਨਹੀਂ ਬਾਈ ਉਹ ਤੁਸੀਂ ਮੈਨੂੰ ਦੱਸਿਆ ਸੀਗਾ ਵੀ ਆਈ ਸੀ ਕਾਲੀ ਵਾਲੇ ਤੋਂ ਪਰ ਮੈਨੂੰ ਇਹ ਨਹੀਂ ਪਤਾ ਬਾਈ ਨੂੰ ਜਾਣਦਾ ਨਹੀਂ ਸੀ ਠੀਕ ਹੈ ਅੱਜ ਮਿਲ ਰਹੇ ਉਹਨਾਂ ਨੂੰ ਅੱਜ ਮਿਲ ਰਹੇ ਠੀਕ ਹੈ ਬਾਈ ਤੁਹਾਡੇ ਕੋਲੋਂ ਚੱਲੀ ਸੀ ਤੇ ਦੂਜਾ ਸਥਾਨ ਹਾਸਲ ਕਰ ਗਈ ਐਤਕੀ ਮੇਲੇ 'ਚ ਨਾ ਹਾਂਜੀ ਮੇਲੇ 'ਚ ਦੂਜਾ ਸਟ੍ਰਾਈਕ ਕਿੱਦਾਂ ਲੱਗਦਾ ਫਿਰ ਖੁਸ਼ੀ ਮਨ ਸ਼ੁਕਰ ਹੈ ਜੀ ਉਸ ਮਾਲਕ ਦਾ ਜੀ ਸਹੀ ਐਸਾ ਇਹਦੀ ਕੋਈ ਬੈਕਗ੍ਰਾਉਂਡ ਦਾ ਤੁਹਾਨੂੰ ਪਤਾ ਹੋਵੇ ਜਾਂ ਆਪਣੀ ਖਰੀਦੀ ਸੀ ਇਹ ਆਪਣੀ ਖਰੀਦੀ ਹੋਈ ਸੀ ਖਰੀਦੀ ਹੋਈ ਸੀ ਹਾਂਜੀ ਹਾਂਜੀ ਠੀਕ ਹੈ ਦੀਪ ਬਾਈ ਫਿਰ ਹੁਣ ਤਾਂ ਰੱਖਾਂਗੇ ਸੇਲ ਤਾਂ ਨਹੀਂ ਕਰਦੇ ਨਹੀਂ ਸੇਲ ਨਹੀਂ ਕਰਦੇ ਠੀਕ ਹੈ ਦੋਸਤੋ ਇਹ ਵੀਡੀਓ ਦੀਪ ਬਾਈ ਦੀ ਮੈਂ ਅਲੱਗ ਤੋਂ ਬਣਾਤੀ ਤੋਰਦੇ ਬਈ ਹਾਂ ਇਹਨੇ ਦੂਜਾ ਸਥਾਨ ਹਾਸਲ ਕੀਤਾ ਦੁੱਧ ਚਵਾਈ ਦੇ ਵਿੱਚੋਂ ਜਿਹੜੀਆਂ ਨੀਲੀ ਰਾਵੀ ਵੱਡੀਆਂ ਮੱਝਾਂ ਸੀ ਤੇ ਮੇਰੇ ਖਿਆਲ 'ਚ ਜਿਹੜਾ ਦੁੱਧ ਦਾ ਰਿਕਾਰਡ ਇਹਦਾ 17 ਕਿਲੋ ਤੋਂ ਬਾਹਰ ਇਹਨੇ ਦੁੱਧ ਦਿੱਤਾ ਇੱਥੇ ਦੂਜਾ ਸਥਾਨ ਇਸ ਝੋਟੀ ਨੇ ਨੀਲੀ ਰਾਵੀ 'ਚੋਂ ਠੀਕ ਹੈ ਸੋ ਤੁਹਾਨੂੰ ਇੱਕ ਦਿੱਕਤ ਆ ਗਈ ਦੱਸੋ ਜਿਹਨੂੰ ਮੂੰਹ ਸੜੀ ਕਹਿ ਦਿੰਦੇ ਉਦਾਂ ਦਾ ਲੱਗਦਾ ਵੀ ਸ਼ਾਇਦ ਕੁਛ ਬਣਨਾ ਸ਼ੁਰੂ ਹੋਇਆ ਬਾਕੀ ਟ੍ਰੀਟਮੈਂਟ ਉਹਦਾ ਚੱਲ ਪੈਣਾ ਚਵਾਈ ਦੇ ਵਿੱਚ ਦੱਸੋ ਇਹਨੇ ਹਿੱਸਾ ਲਿਆ ਸੀਗਾ ਤੇ ਦੂਜਾ ਸਥਾਨ ਹਾਸਲ ਕੀਤਾ ਇਸ ਟਾਈਮ ਦੀਪ ਬਾਈ ਕੋਲ ਪੰਜਾਬੇ ਪਿੰਡ ਦੇ ਵਿੱਚ ਹੈ ਝੋਟੀ ਹੁਣ ਵੀ ਤਿਆਰੀ ਦੇਖ ਲਓ ਕਿਉਂਕਿ ਸ਼ਾਮ ਦਾ ਟਾਈਮ ਹੋ ਚੱਲਿਆ ਫਿਰ ਭਰ ਗਈ ਹੈ ਤੇ ਸ਼ਾਮ ਨੂੰ ਕਰਨ ਵਾਲੀ ਨੇ ਪੂਰਾ ਹਵਾਨਾ ਤਕੜਾ ਬਣਾ ਜਾਣਾ ਜਦੋਂ ਗੱਬਣ ਸੀ ਸੂਣ ਵਾਲੀ ਸੀ ਵਿਕਰੀ ਵਾਸਤੇ ਸੀ ਉਦੋਂ ਤੁਸੀਂ ਹਵਾਨਾ ਇਹਦਾ ਜ਼ਰੂਰ ਦੇਖਿਆ ਹੋਊਗਾ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਬਲਰਾਜ ਬਾਈ ਜੀ ਹੋਰਾਂ ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਸੰਪਰਕ ਤੁਸੀਂ ਬਾਈ ਹੋਰਾਂ ਨਾਲ ਕਰ ਸਕਦੇ ਹੋ ਹਾਂਜੀ ਬਾਈ ਵੈਸੇ ਕਿੱਦਾਂ ਦਾ ਰਿਹਾ ਮੇਲਾ ਜੇ ਆਪਾਂ ਦੇਖੀਏ ਤਾਂ ਵਧੀਆ ਜਿਵੇਂ ਬਹੁਤ ਹੀ ਸ਼ਾਨਦਾਰ ਜੀ ਬਹੁਤ ਜਿਵੇਂ ਚੰਗਾ ਪ੍ਰਬੰਧ ਆ ਬਹੁਤ ਵੀਰ ਆਏ ਆ ਬਹੁਤ ਵਧੀਆ ਪ੍ਰਬੰਧ ਤੋਂ ਬੜੇ ਖੁਸ਼ ਆ ਜੀ ਸਹੀ ਹੈ ਬਹੁਤ ਵਧੀਆ ਜੱਜਿੰਗ ਆ ਜੀ ਇੱਥੇ ਸਹੀ ਹੈ ਸੋ ਦੋਸਤੋ ਚੰਗਾ ਮੇਲਾ ਇਹ ਜਿਹੜਾ ਨੇਪਰੇ ਚੜ ਰਿਹਾ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ